ਜੀ ਸਤਿ ਸ਼੍ਰੀ ਅਕਾਲ ਅਤੇ ਨਾਲੇ ਜਿਹੜੀ ਤੁਹਾਡੀ ਹੁਣ ਡਿਊਟੀ ਬਣਦੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਦਿਉ ਇੱਦਾਂ ਉਂਗਲ ਮਾਰ ਕੇ, ਨਾਲ ਹੀ ਬੈੱਲ ਆਈਕੋਨ ਬਣਿਆ ਹੋਇਆ ਘੰਟੀ ਜਿਹੀ ਉਹਦੇ 'ਤੇ ਵੀ ਮਾਰ ਦਿਉ, ਕਿਉਂਕਿ ਜਦੋਂ ਕੋਈ ਨਵੀਂ ਚੀਜ਼ ਅਸੀਂ ਹੋਰ ਪਾਈ ਤਾਂ ਤੁਹਾਨੂੰ ਨਾਲ ਦੀ ਨਾਲ ਨੋਟੀਫਿਕੇਸ਼ਨ ਆ ਜੂਗੀ। ਸੋ ਕਰ ਲਓ ਸਬਸਕ੍ਰਾਈਬ। ਨਹੀਂ ਰੁਕ ਰਹੇ ਬਲਾਤਕਾਰ ਦੇ ਮਾਮਲੇ, ਬੇਸ਼ੱਕ ਪੁਲਿਸ ਪ੍ਰਸ਼ਾਸਨ ਇਹਨਾਂ ਮਾਮਲਿਆਂ ਨੂੰ ਰੋਕਣ ਦੇ ਲੱਖਾਂ ਦਾਅਵੇ ਕਰ ਰਹੀ ਹੈ, ਪਰ ਫਿਰ ਵੀ ਆਏ ਦਿਨ ਬਲਾਤਕਾਰ ਦੇ ਮਾਮਲੇ ਵੱਧਦੇ ਜਾ ਰਹੇ ਨੇ। ਅਜਿਹਾ ਇੱਕ ਸ਼ਰਮਨਾਕ ਮਾਮਲਾ ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ ਲੱਦੂਵਾਲਾ ਤੋਂ ਸਾਹਮਣੇ ਆਇਆ ਹੈ, ਜਿੱਥੇ 8 ਸਾਲ ਦੀ ਬੱਚੀ ਨੂੰ ਹਫਤਿਆਂ ਨੇ ਹਵਸ ਦਾ ਸ਼ਿਕਾਰ ਬਣਾਇਆ। ਜਾਣਕਾਰੀ ਦਿੰਦਿਆਂ ਬੱਚੀ ਦੀ ਮਾਂ ਨੇ ਦੱਸਿਆ ਹੈ ਕਿ ਉਹ ਕਿਸੇ ਕੰਮ ਨੂੰ ਲੈ ਕੇ ਬਾਹਰ ਗਈ ਹੋਈ ਸੀ ਅਤੇ ਉਹਨਾਂ ਦੇ ਹੀ ਪਿੰਡ ਦੇ ਲੜਕੇ ਸਤਪਾਲ ਸਿੰਘ ਨੇ ਉਸਦੀ ਬੇਟੀ ਨੂੰ ਟੋਫੀਆਂ ਦਾ ਲਾਲਚ ਦੇ ਕੇ ਆਪਣੇ ਘਰ ਲੈ ਗਿਆ। ਛੋਟੀ ਕੁੜੀ 8 ਸਾਲ ਦੀ ਕਿਸੇ ਘਰ ਗਈ ਸੀ ਗਵਾਂਢੀ ਅਗਰ ਲੱਸੀ ਲੈਣ, ਤੇ ਉੱਥੇ ਮੁੰਡੇ ਟੋਫੀਆਂ ਦੇ ਬਹਾਨੇ ਬਣਾ ਕੇ ਕੁਰਸੀ ਤੇ ਬਿਠਾ ਲਿਆ ਤੇ ਇਹਦੇ ਕੱਪੜੇ ਉਤਾਰੇ ਤੇ ਆਪਦੇ ਉਤਾਰ ਲਏ ਸੀ ਤੇ ਹੋਰ ਵੀ ਬਹੁਮਤੀਜੀ ਕੀਤੀ ਸੀ। ਬਾਕੀ ਪੁਲਿਸ ਆਪਣੇ ਪੂਰੇ ਕਰ ਰਹੀ ਕਾਰਵਾਈ, ਆਪਣੇ ਨਾਲ ਹੈਗੀ ਪੁਲਿਸ। ਦੋਸ਼ੀਆਂ ਬਾਰੇ ਕੀ ਕਹਿਣਾ ਚਾਹੁੰਦੇ? ਦੋਸ਼ੀਆਂ ਬਾਰੇ ਫਾਂਸੀ ਦੇ ਹੁਕਮ ਹੋਣਾ ਚਾਹੀਦਾ। ਥਾਣੇ ਆਰਫਕੇ ਦੇ ਵਿੱਚ ਕਈ ਦਿਨ ਪਹਿਲਾਂ ਦੀ ਗੱਲ ਹੈ, 17/4/19 ਦੀ, ਇੱਕ ਛੋਟੀ ਬੱਚੀ 8 ਸਾਲ ਦੀ ਬੱਚੀ ਸੀ ਜਿਹਨੂੰ ਪੜੋਸੀ ਨੇ ਉਹਨੂੰ ਟੋਫੀਆਂ ਦਾ ਲਾਲਚ ਵਗੈਰਾ ਦੇ ਕੇ ਉਹ ਨਾਲ ਕੋਈ ਛੇੜਛਾੜ ਕੀਤੀ ਸੀ। ਜਿਹੜੀ ਉਹ ਸਾਰੀ ਗੱਲ ਉਸ ਬੱਚੀ ਨੇ ਆਪਣੇ ਘਰ ਆ ਕੇ ਮਾਂ ਨੂੰ ਦੱਸੀ ਅਤੇ ਮਾਂ ਨੇ ਫਿਰ ਉਸ ਤੋਂ ਬਾਅਦ ਥਾਣੇ ਆ ਕੇ ਸਾਰੀ ਗੱਲ ਜਿਹੜੀ ਹੈ ਪੁਲਿਸ ਨੂੰ ਦੱਸੀ ਹੈ। ਉਹਦੇ ਜਿਹੜਾ ਕੇਸ ਹੈਗਾ ਰੈਲੇਵੈਂਟ ਸੈਕਸ਼ਨ ਜਿਹੜੇ ਹੈਗੇ 354/7/8/9/10 ਪੋਕਸੋ ਐਕਟ ਜਿਹੜਾ ਬਣਿਆ ਹੋਇਆ ਉਸਦੇ ਤਹਿਤ ਜਿਹੜੀ FIR ਉਹ ਦਰਜ ਕਰ ਲਈ ਗਈ ਹੈ ਅਤੇ ਦੋਸ਼ੀ ਜਿਹੜਾ ਫਿਲਹਾਲ ਫਰਾਰ ਹੈ ਉਸਦੇ ਮਗਰ ਲੱਗੇ ਹੋਏ ਆ। ਜਲਦੀ ਜਿਹੜਾ ਉਹ ਉਸ ਦੋਸ਼ੀ ਨੂੰ ਵੀ ਜਿਹੜਾ ਅਰੈਸਟ ਕਰ ਲਏਗਾ। ਜੇਕਰ ਸੱਚ ਬੋਲਣਾ ਸੱਚ ਲਿਖਣਾ ਬਗਾਵਤ ਹੈ ਤਾਂ ਸਮਝੋ ਅਸੀਂ ਬਾਗੀ ਹਾਂ। ਸੱਚ ਅਤੇ ਹੱਕ ਦੀ ਆਵਾਜ਼, ਦੁਨੀਆ ਦੇ ਹਰ ਕੋਨੇ ਕੋਨੇ ਦੀ ਗੱਲ, ਪੰਜਾਬ TV ਕਰੇਗਾ ਸੱਚ ਦਾ ਖੁਲਾਸਾ। ਤੁਸੀਂ ਦੇਖਦੇ ਰਹੋ ਪੰਜਾਬ TV, ਸੱਚ ਅਤੇ ਹੱਕ ਦੀ ਆਵਾਜ਼।